ਅੱਜ ਵਾਲੀ ਇਹ ਵੀਡੀਓ ਇਹ ਖਾਸ ਮੇਰੇ ਉਹਨਾਂ ਦੋਸਤਾਂ ਲਈ ਹੈ ਜਿਹੜੇ ਦੋਸਤ ਅਕਸਰ ਮੈਨੂੰ ਵਟਸਐਪ 'ਤੇ ਮੈਸੇਜ ਕਰਦੇ ਨੇ, ਨੀਚੇ ਕਮੈਂਟ ਕਰਦੇ ਨੇ ਕਿ ਭਾਈ ਅਬਦੁਲ ਵਾਹਿਦ ਇਹ ਫਲਾਂ ਬੰਦਾ, ਇਹ ਫਲਾਂ ਯੂਟਿਊਬਰ 1 ਲੱਖ ਰੁਪਏ ਦਾ ਫੀ ਏਕੜ ਇਹ ਜ਼ਮੀਨ ਦਿਖਾ ਰਿਹਾ ਹੈ ਅਤੇ ਫਲਾਂ ਬੰਦਾ 1.5 ਲੱਖ ਰੁਪਏ ਦੀ ਫੀ ਏਕੜ ਇਹ ਜ਼ਮੀਨ ਦਿਖਾ ਰਿਹਾ ਹੈ ਅਤੇ ਫਲਾਂ ਬੰਦਾ ਸਿਰਫ 50,000 ਰੁਪਏ ਦੀ ਫੀ ਏਕੜ ਜ਼ਮੀਨ ਦਿਖਾ ਰਿਹਾ ਹੈ ਅਤੇ ਤੁਸੀਂ ਸਾਨੂੰ ਇੰਨੀ ਸਸਤੀ ਜ਼ਮੀਨ ਕਿਉਂ ਨਹੀਂ ਲਿਖ ਦਿੰਦੇ? ਤੁਸੀਂ ਆਪਣੇ ਚੈਨਲ 'ਤੇ 50,000 ਦਾ ਜਾਂ ਫਿਰ 1 ਲੱਖ ਦਾ ਫੀ ਏਕੜ ਕਿਉਂ ਨਹੀਂ ਦਿਖਾਉਂਦੇ ਹੈਗੇ? ਦੋਸਤੋ, ਇਹ ਸਾਰੀਆਂ ਗੱਲਾਂ ਜਾਣਨ ਲਈ ਤੁਸੀਂ ਆਪਣੀ ਇਹ ਵੀਡੀਓ ਅੱਜ ਵਾਲੀ ਇਹ ਵੀਡੀਓ ਦੇਖਣੀ ਹੈ ਐਂਡ ਤੱਕ, ਕਿਉਂਕਿ ਇਹਦੇ 'ਚ ਤੁਹਾਡੇ ਦੋਸਤਾਂ ਦਾ ਫਾਇਦਾ ਹੈ। ਤਾਂ ਕਿ ਕਿਸੇ ਮੇਰੇ ਦੋਸਤ ਦਾ, ਕਿਸੇ ਮੇਰੇ ਭਰਾ ਦਾ ਕੀਮਤੀ ਟਾਈਮ ਜ਼ਾਇਆ ਨਾ ਹੋਵੇ। ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਪਾਕ ਪੰਜਾਬ TV ਅਤੇ ਮੈਂ ਹਾਂ ਤੁਹਾਡਾ ਦੋਸਤ ਅਬਦੁਲ ਵਾਹਿਦ। ਮੈਂ ਅੱਜ ਸੁਬਹਾ ਨਾਲ ਬਾਹਰ ਨਿਕਲਿਆ ਸੀ, ਮੈਂ ਸੋਚਿਆ ਜਿਹੜੇ ਦੋਸਤਾਂ ਦੇ ਇਹ ਸਵਾਲ ਹੈਗੇ ਨੇ ਵਟਸਐਪ 'ਤੇ ਅਤੇ ਕਮੈਂਟ ਦੇ ਵਿੱਚ ਇਹ ਸਵਾਲ ਹੈਗੇ ਨੇ, ਦੋਸਤਾਂ ਨੂੰ ਇਸ ਗੱਲ ਦੀ ਮੁਕੰਮਲ ਤਫਸੀਲ ਦੇ ਦਿਆਂਗੇ। ਨਾਲ ਹਲਕੀ 'ਚ ਨਜ਼ਰ ਆਪਣਾ ਸ਼ੌਕ, ਆਪਣਾ ਇਲਾਕਾ, ਆਪਣੀ ਫਸਲ ਦਿਖਾ ਦਿਆਂਗੇ। ਦੋਸਤੋ, ਇਹ ਵੀਡੀਓ ਮੈਂ ਖੁਦ ਬਣਾਉਂਦਾ ਪਿਆ, ਇਹ ਮੈਂ ਕੈਮਰਾ ਘੁੰਮਾਉਂਦਾ ਪਿਆ। ਇਹ ਆਪਣੇ ਇਲਾਕੇ ਦੀ ਇਹ ਮਕਈ ਵੇਖੋ, ਵਲੋਗ ਵੇਖੋ, ਇਹ ਤੁਹਾਡੇ ਸਾਹਮਣੇ ਮੈਂ ਦੋਸਤਾਂ ਨੂੰ ਕੈਮਰਾ ਘੁੰਮਾ ਕੇ ਆਪਣਾ ਚਿਹਰਾ ਦਿਖਾਉਣ ਲੱਗਿਆ, ਤਾਂ ਕਿ ਦੋਸਤ ਇਹ ਨਾ ਸਮਝ ਲਵਣ ਕਿ ਵੀਡੀਓ ਕਿਸੇ ਨੇ ਵਟਸਐਪ ਕੀਤੀ ਹੋਣੀ ਹੈ। ਨਹੀਂ ਦੋਸਤੋ, ਮੈਂ ਖੁਦ ਇਹ ਵੀਡੀਓ ਬਣਾਈ ਜਾਂਦਾ। ਇਹ ਵੇਖੋ, ਸਿਰਫ ਆਵਾਜ਼ ਰਿਕਾਰਡ ਆਪਣੇ ਘਰ ਆ ਕੇ ਜਾਂ ਫਿਰ ਡੇਰੇ 'ਤੇ ਜਾਂ ਫਿਰ ਆਪਣੇ ਦਫ਼ਤਰ ਬਹਿ ਕੇ ਆਵਾਜ਼ ਰਿਕਾਰਡ ਕਰਦੇ ਹੁੰਦੇ ਹਾਂ। ਕੱਲ੍ਹ ਮੇਰੇ ਇੱਕ ਦੋਸਤ ਨੇ ਮੈਨੂੰ ਮੈਸੇਜ ਕੀਤਾ ਕਿ ਭਾਈ ਅਬਦੁਲ ਵਾਹਿਦ, ਇਹ ਫਲਾਂ ਬੰਦਾ ਸਿਰਫ 1.5 ਲੱਖ ਦਾ ਫੀ ਏਕੜ ਆਬਾਦ ਜ਼ਮੀਨ ਦਿਖਾ ਰਿਹਾ ਹੈ। ਅਤੇ ਫਿਰ ਮੈਂ ਆਪਣੇ ਉਸ ਭਾਈ ਨੂੰ ਇਹ ਗੱਲ ਕੀਤੀ ਕਿ ਭਾਈ, ਜਿਹੜਾ ਬੰਦਾ ਆਬਾਦ ਜ਼ਮੀਨ 1.5 ਲੱਖ ਦਾ ਫੀ ਏਕੜ ਦਿਖਾ ਰਿਹਾ ਹੈ, ਤੁਸੀਂ ਉਹਦੇ ਨਾਲ ਰਾਬਤਾ ਕਰੋ। ਅਤੇ ਭਾਈ ਉਰੀ ਮੈਨੂੰ ਅੱਗੋਂ ਕੀ ਕਹਿੰਦੇ ਨੇ ਕਿ ਇਹ ਦੋਸਤ ਦਾ ਨੰਬਰ ਬੰਦ ਹੈਗਾ ਹੈ, ਇਹ ਬੰਦੇ ਦਾ ਨੰਬਰ ਬੰਦ ਹੈਗਾ ਹੈ ਜਿਹਨੇ 1.5 ਲੱਖ ਦਾ ਫੀ ਏਕੜ ਜ਼ਮੀਨ ਦਿਖਾਈ, ਅਸੀਂ ਇਹਦੇ ਨਾਲ ਰਾਬਤਾ ਕਿਵੇਂ ਕਰੀਏ? ਦੋਸਤੋ, ਇੱਥੋਂ ਆਪਣੀ ਗੱਲ ਸ਼ੁਰੂ ਹੁੰਦੀ ਜੇ ਮੇਨ ਗੱਲ, ਅਕਸਰ ਲੋਕ 1 ਲੱਖ ਦਾ ਫੀ ਏਕੜ, 1.5 ਲੱਖ ਦਾ ਫੀ ਏਕੜ ਜ਼ਮੀਨ ਦੀ ਵੀਡੀਓ ਅਪਲੋਡ ਕਰਦੇ ਨੇ ਆਪਣੇ ਵਿਊਜ਼ ਦੀ ਖਾਤਰ, ਆਪਣੀ ਮਸ਼ਹੂਰੀ ਦੀ ਖਾਤਰ। ਆਪਾਂ ਰਾਬਤਾ ਕਰਨੇ ਆ, ਨੰਬਰ ਬੰਦ ਹੁੰਦਾ ਹੈ, ਵਟਸਐਪ 'ਤੇ ਕੋਈ ਜਵਾਬ ਮਸੂਲ ਨਹੀਂ ਹੁੰਦਾ। ਸਾਹਮਣੇ ਸਕਰੀਨ 'ਤੇ ਦੋਸਤਾਂ ਨੂੰ ਮੇਰਾ ਵਟਸਐਪ ਨੰਬਰ ਮਿਲ ਗਿਆ ਹੋਵੇਗਾ। ਤੁਸੀਂ ਹੁਣੇ ਹੁਣ ਤੁਸੀਂ ਵੀਡੀਓ ਦੇਖਣ ਤੋਂ ਫੌਰਨ ਬਾਅਦ ਇਹ ਸਾਹਮਣੇ ਦਿੱਤੇ ਗਏ ਨੰਬਰ 'ਤੇ ਇਹ ਵਾਇਸ ਮੈਸੇਜ ਕਰਨਾ ਜਾਂ ਫਿਰ ਚੈਟ ਕਰਨੀ ਹੈ। ਬੇਫਿਕਰ ਹੋ ਕੇ ਹੁਣੇ ਹੁਣ ਮੈਂ ਦੋਸਤਾਂ ਦਾ ਵੇਟ ਕਰਦਾ ਪਿਆ। ਤੁਸੀਂ ਵਾਇਸ ਮੈਸੇਜ ਕਰਨਾ, ਇਹ ਸਾਹਮਣੇ ਨੰਬਰ 'ਤੇ ਚੈਟ ਕਰਨੀ, ਤੁਹਾਨੂੰ ਫੌਰਨ ਉਹਦੀ ਰਿਪਲਾਈ ਮਿਲੇਗੀ, ਬਿਲਕੁਲ ਫੌਰਨ। ਕੋਈ ਵੇਟ ਨਹੀਂ, ਕੋਈ ਇੰਤਜ਼ਾਰ ਨਹੀਂ, ਨੰਬਰ ਤੁਹਾਡੇ ਸਾਹਮਣੇ, ਤੁਸੀਂ ਹੁਣੇ ਹੁਣ ਮੈਨੂੰ ਵਾਇਸ ਮੈਸੇਜ ਕਰੋ, ਤੁਹਾਨੂੰ ਫੌਰਨ ਉਹਦੀ ਰਿਪਲਾਈ ਮਿਲੇਗੀ। ਇਹ ਹੁੰਦਾ 1 ਨੰਬਰ ਕੰਮ ਦਾ ਪੱਕਾ ਸਬੂਤ। ਇਹ ਨਹੀਂ ਕਿ ਸਸਤੀ ਵੀਡੀਓ ਅਪਲੋਡ ਕਰ ਦੇਵੋ ਅਤੇ ਹਟ ਕੇ ਆਪਣੇ ਨੰਬਰ ਬੰਦ ਕਰ ਦੇਵੋ।
ਮੈਂ ਆਪਣੇ ਭਾਈਆਂ ਨੂੰ, ਆਪਣੇ ਦੋਸਤਾਂ ਨੂੰ, ਆਪਣੇ ਬਜ਼ੁਰਗਾਂ ਨੂੰ ਦੁਬਾਰਾ ਫਿਰ ਇਹ ਗੱਲ ਕਰ ਦੇਵਾਂ ਕਲੀਅਰ ਕਿ ਫੇਕ ਵੀਡੀਓ ਤੋਂ ਬਚੋ ਅਤੇ ਹਕੀਕਤ ਵੱਲ ਆਓ। ਅੱਲਾਹ ਦਾ ਸ਼ੁਕਰ ਹੈ ਆਪਾਂ ਯੂਟਿਊਬਰ ਨਹੀਂ ਹੈਗੇ, ਆਪਾਂ ਡੀਲਰ ਹਾਂ, ਅਸੀਂ ਖਾਨਦਾਨੀ ਡੀਲਰ ਹਾਂ। ਸਾਡੀ ਵੀਡੀਓ ਚੱਲੇ ਨਾ ਚੱਲੇ, ਸਾਡੇ ਜ਼ਮੀਨ ਦੇ ਸੌਦੇ ਹੋ ਰਹੇ ਨੇ, ਆਪਾਂ ਜਿਹੜੀ ਜ਼ਮੀਨ ਦਿਖਾਉਣੇ ਹਾਂ ਆਪਾਂ ਉਹ ਸੇਲ ਕਰਨੇ ਹਾਂ। ਇਹ ਤਕਰੀਬਨ ਕੋਈ 3-4 ਦਿਨ ਬਾਅਦ ਮੈਂ ਆਪਣੀ ਇਹ ਵੀਡੀਓ ਅਪਲੋਡ ਕੀਤੀ ਆ ਨਾ, ਕਿਉਂਕਿ ਚਕਵਾਲ ਵਾਲੀ ਸਾਈਡ 'ਤੇ ਜਿਹੜੀ ਮੈਂ ਲਾਸਟ ਇਹ ਜ਼ਮੀਨ ਦੀ ਵੀਡੀਓ ਦਿਖਾਈ ਸੀ ਨਾ, ਉਹਦਾ ਸੌਦਾ ਹੋਇਆ ਹੈ ਕਿ ਮਾਲਕਾਂ ਨੂੰ ਉਹ ਜ਼ਮੀਨ ਦਾ ਬਿਆਨਾ ਕਰਾਉਣਾ ਸੀ, ਮਾਲਕਾਂ ਦੇ ਨਾਲ ਆਹਮਣੇ ਸਾਹਮਣੇ ਬੈਠ ਕੇ ਮੁਲਾਕਾਤ ਕਰਨੀ ਸੀ ਜਿਹੜੇ ਬੰਦੇ ਨੇ ਇਹ ਜ਼ਮੀਨ ਲਈ ਹੈ। ਇਸ ਵਾਸਤੇ 3-4 ਦਿਨ ਮੇਰੇ ਕੋਲ ਟਾਈਮ ਨਹੀਂ ਮਿਲਿਆ, ਚਕਵਾਲ ਗਿਆ ਸੀ, ਹੁਣ ਵਾਪਸ ਆਰਫ ਵਾਲੇ ਸ਼ਹਿਰ ਆ ਗਿਆ। ਮੈਂ ਆਪਣਾ ਕੰਮ ਇੱਥੇ ਆਰਫ ਵਾਲਾ ਅਤੇ ਚਕਵਾਲ ਵਾਲੀ ਸਾਈਡ 'ਤੇ ਅੱਲਾਹ ਦਾ ਸ਼ੁਕਰ ਹੈ ਇੱਕ ਨੰਬਰ ਚੱਲਦਾ ਪਿਆ, ਬਿਲਕੁਲ ਪਾਕ ਸਾਫ਼ ਜ਼ਮੀਨਾਂ, ਕਲੀਅਰ ਜ਼ਮੀਨਾਂ, ਰਜਿਸਟਰੀ ਇੰਤਕਾਲ ਸ਼ੁਦਾ, ਕੰਪਿਊਟਰਾਈਜ਼ ਰਿਕਾਰਡ ਸ਼ੁਦਾ ਜ਼ਮੀਨਾਂ ਅਤੇ ਬਿਲਕੁਲ ਕਮ ਕੀਮਤ ਵਿੱਚ ਜ਼ਮੀਨਾਂ। ਮੈਂ ਦੋਸਤਾਂ ਨੂੰ ਪਿਛਲੇ ਇੱਕ ਮਹੀਨੇ ਤੋਂ 5 ਲੱਖ ਤੋਂ ਲੈ ਕੇ 10 ਲੱਖ ਤੱਕ ਫੀ ਏਕੜ ਜ਼ਮੀਨਾਂ ਦਿਖਾ ਰਿਹਾ। ਕੋਈ 5 ਲੱਖ ਦਾ ਫੀ ਏਕੜ, ਕੋਈ 6 ਲੱਖ ਦਾ ਫੀ ਏਕੜ, ਕੋਈ 7 ਲੱਖ ਦਾ ਫੀ ਏਕੜ, ਕੋਈ 10 ਲੱਖ ਦਾ ਫੀ ਏਕੜ। ਜਿਹੜੀ ਜ਼ਮੀਨ ਦਿਖਾਈ ਹੈ 5-6 ਲੱਖ ਦਾ ਫੀ ਏਕੜ, ਉਹ ਗੈਰ ਆਬਾਦ ਜ਼ਮੀਨ ਹੈ। ਜਿਹੜੀ ਜ਼ਮੀਨ ਮੈਂ 7-8 ਲੱਖ ਦਾ ਫੀ ਏਕੜ ਦਿਖਾਈ ਹੈ, ਉਹ ਆਬਾਦ ਅਤੇ ਗੈਰ ਆਬਾਦ ਮਿਕਸ ਜ਼ਮੀਨ ਹੈ। ਅਤੇ ਜਿਹੜੀ ਜ਼ਮੀਨ ਮੈਂ 10 ਲੱਖ ਤੋਂ ਉੱਪਰ ਫੀ ਏਕੜ ਦਿਖਾਈਏ, ਉਹ ਜੇ ਮੁਕੰਮਲ ਆਬਾਦ ਜ਼ਮੀਨ ਚਕਵਾਲ ਵਾਲੀ ਸਾਈਡ 'ਤੇ। ਚਕਵਾਲ ਵਾਲੀ ਸਾਈਡ 'ਤੇ ਵੀ ਆਪਣੀ ਗਰੰਟੀ ਹੁੰਦੀ ਹੈ, ਕਿਉਂਕਿ ਮੈਂ ਹਾਜੀ ਸਾਹਿਬ ਨਾਲ ਰਾਬਤਾ ਕਰਕੇ, ਹਾਜੀ ਅਰਫਾਨ ਅਬਾਸ ਸਾਹਿਬ ਦੇ ਨਾਲ ਰਾਬਤਾ ਕਰਕੇ, ਖੁਦ ਮੌਕੇ 'ਤੇ ਜਾ ਕੇ ਮਾਲਕ ਦੇ ਨਾਲ ਮੁਲਾਕਾਤ ਕਰਕੇ ਜ਼ਮੀਨ ਦੀ ਵੀਡੀਓ ਬਣਾ ਰਹੇ ਹਾਂ ਅਤੇ ਖੁਦ ਉੱਥੇ ਜਾ ਕੇ ਸੌਦਾ ਕਰਵਾ ਰਹੇ ਹਾਂ। ਲਿਹਾਜ਼ਾ ਅੱਜ ਵਾਲੀ ਇਹ ਵੀਡੀਓ ਬਣਾਉਣ ਦਾ ਆਪਣਾ ਬਸ ਇਹੀ ਮਕਸਦ ਹੈਗਾ ਸੀ, 1-1.5 ਲੱਖ ਦਾ ਫੀ ਏਕੜ ਇਹ ਸਭ ਝੂਠ ਹੁੰਦਾ ਜੀ। ਤੁਸੀਂ ਇਸ ਤਰ੍ਹਾਂ ਦੀ ਵੀਡੀਓ ਤੋਂ ਬਚੋ ਅਤੇ ਹਕੀਕਤ ਵੱਲ ਆਓ। ਪਾਕਿਸਤਾਨ ਦੇ ਕਿਸੇ ਵੀ ਇਲਾਕੇ ਦੇ ਵਿੱਚ 1 ਲੱਖ ਦਾ ਏਕੜ, 1.5 ਲੱਖ ਦਾ ਫੀ ਏਕੜ ਆਬਾਦ ਜ਼ਮੀਨ ਨਹੀਂ ਮਿਲਦੀ ਪਈ ਜੀ, ਕਿਉਂਕਿ ਇਸ ਟਾਈਮ ਜਿਹੜੀ ਗੈਰ ਆਬਾਦ ਜ਼ਮੀਨ ਹੈ ਨਾ, ਜਿਹੜੀ ਗੈਰ ਆਬਾਦ ਜ਼ਮੀਨ ਹੈ ਉਹ ਤਕਰੀਬਨ 4 ਲੱਖ ਤੋਂ ਸ਼ੁਰੂ ਹੋ ਰਹੀ ਹੈ, ਅਤੇ ਆਬਾਦ ਜ਼ਮੀਨ ਇਸ ਕੀਮਤ ਵਿੱਚ ਜਿਹੜਾ ਕਿ ਬਿਲਕੁਲ ਲੋਕ ਤੁਹਾਨੂੰ ਗੁੰਮਰਾਹ ਕਰਦੇ ਪਏ ਨੇ। 1 ਨੰਬਰ ਕੰਮ ਦੀ ਇਹ ਪਹਿਚਾਣ ਹੁੰਦੀ ਹੈ, ਵਟਸਐਪ 'ਤੇ ਵਾਇਸ ਮੈਸੇਜ ਕਰੋ, ਤੁਹਾਨੂੰ ਫੌਰਨ ਉਹਦੀ ਰਿਪਲਾਈ ਮਿਲੇਗੀ। ਅਤੇ ਦੋਸਤੋ, ਇਨਸ਼ਾ ਤਾਲਾ ਬਸ਼ਰਤੇ ਜ਼ਿੰਦਗੀ ਬਾ ਫਜ਼ਲੇ ਖੁਦਾ ਮਿਲਾਂਗੇ ਅਗਲੀ ਵੀਡੀਓ 'ਤੇ। ਅੱਲਾ ਹਾਫਿਜ਼।